ਅੱਜ ਇੱਕ ਹੋਰ ਘਰ ਦੇ ਵਿੱਚ ਅੱਗ ਲੱਗੀ ਹੈ। ਘਰ ਦੇ ਉਤਲੀ ਫਲੋਰ ਨੂੰ ਅੱਗ ਲੱਗੀ। ਗੋਪਾਲ ਨਗਰ ਚੌਂਕ ਦੇ ਵਿੱਚ ਮੌਜੂਦ ਹੈਗੀ ਹੈ, ਤੁਹਾਨੂੰ ਤਸਵੀਰ ਦਿਖਾ ਰਿਹਾ। ਜੋ ਵੀ ਘਰ ਦਾ ਜਿਹੜਾ ਸਮਾਨ ਸੀਗਾ ਸਾਰਾ ਜਲ ਕੇ ਜਿਹੜਾ ਸਵਾਹ ਹੋ ਗਿਆ। ਮੈਂ 9:30 ਇੱਥੇ ਘਰੋਂ ਗਿਆ ਸੀ, ਉਸ ਟਾਈਮ ਠੀਕ ਠਾਕ ਸੀ, ਘਰ ਦੇ ਵਿੱਚ ਕੋਈ ਵੀ ਗੱਲ ਨਹੀਂ ਸੀਗੀ। ਅਤੇ ਮੈਂ ਤਕਰੀਬਨ ਕੰਮ 'ਤੇ ਮੈਨੂੰ 10:15 ਤਕਰੀਬਨ ਫੋਨ ਆ ਗਿਆ ਕਿ ਘਰ ਦੇ ਵਿੱਚ ਅੱਗ ਲੱਗ ਗਈ ਹੈ। ਸਰ ਹੁਣ ਸਮਾਨ ਦੇਖ ਕੇ ਪਤਾ ਲੱਗਣਾ, TV, AC, ਇੰਜਨ, ਇਲੈਕਟ੍ਰਿਕ ਇੰਸਟਰੂਮੈਂਟ ਸਾਰੇ ਸੜ ਚੁੱਕੇ ਨੇ। ਹੋਰ ਘਰ ਦੇ ਕਈ ਕੁਛ ਸਮਾਨ ਸੜ ਗਿਆ, ਛੱਤੇ ਦਾ ਲੈਂਟਰ ਜਿਹੜਾ ਗਾ ਉਹ ਵੀ ਖਰਾਬ ਹੋ ਗਿਆ। ਇੱਥੇ ਨਾ ਕਮਰਸ਼ੀਅਲ ਯੂਨਿਟ ਜ਼ਿਆਦਾ ਲੱਗੇ ਹੋਣ ਕਰਕੇ ਨਾ ਲੋਡ ਬਹੁਤ ਘੱਟਦਾ ਵੱਧਦਾ ਪਿਆ ਆ, ਜਿਹਦੇ ਨਾਲ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ। ਅਤੇ ਜਿਹੜਾ ਅੱਜ ਇਹ ਹੋਇਆ ਨੁਕਸਾਨ, ਉਹ ਸ਼ੋਰਟ ਸਰਕਟ ਜਿਹੜਾ ਹੈਗਾ ਉਹਦੇ ਨਾਲ ਹੀ ਇਹ ਨੁਕਸਾਨ ਹੋਇਆ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਲੁਧਿਆਣਾ ਦਾ ਟੈਂਪਰੇਚਰ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ 46 ਡਿਗਰੀ ਹੈ। 46 ਡਿਗਰੀ ਦੇ ਨਾਲ ਚੱਲਦੇ ਚੱਲਦੇ ਤਾਪਮਾਨ ਜਿਹੜਾ ਵੱਧਦਾ ਦਿਨੋ ਦਿਨ ਵੱਧਦਾ ਜਾ ਰਿਹਾ, ਅਤੇ ਬਿਜਲੀ ਜਿਹੜੀ ਹੈ ਕਟੌਤੀ ਕੀਤੀ ਜਾ ਰਹੀ ਹੈ ਬਿਜਲੀ ਦੇ ਵਿੱਚ ਵੀ, ਅਤੇ ਬਿਜਲੀ ਜਿਹੜੀ ਹੈ ਤਾਰਾਂ ਜਿਹੜੀਆਂ ਗਰਮ ਹੁੰਦੀਆਂ ਜਾ ਰਹੀਆਂ। ਇੱਦਾਂ ਹੀ ਇੱਕ ਮਾਮਲਾ ਤਾਜਪੁਰ ਰੋਡ ਤੋਂ ਸਾਹਮਣੇ ਆਇਆ ਸੀ, ਜਿੱਥੇ ਤਾਰਾਂ ਨੂੰ ਅੱਗ ਲੱਗੀ ਸੀਗੀ। ਜੇ ਚੱਲਦੇ ਹੋਏ ਅੱਜ ਇੱਕ ਹੋਰ ਘਰ ਦੇ ਵਿੱਚ ਅੱਗ ਲੱਗੀ ਹੈ, ਘਰ ਦੇ ਉਤਲੀ ਫਲੋਰ ਨੂੰ ਅੱਗ ਲੱਗੀ। ਗੋਪਾਲ ਨਗਰ ਚੌਂਕ ਦੇ ਵਿੱਚ ਮੌਜੂਦ ਹੈਗੀ ਹੈ, ਤੁਹਾਨੂੰ ਤਸਵੀਰ ਦਿਖਾ ਰਿਹਾ। ਜੋ ਵੀ ਘਰ ਦਾ ਜਿਹੜਾ ਸਮਾਨ ਸੀਗਾ ਸਾਰਾ ਜਲ ਕੇ ਜਿਹੜਾ ਸਵਾਹ ਹੋ ਗਿਆ। ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ, ਸੋਫਾ ਪਿਆ ਹੋਇਆ ਵੈ, AC ਲੱਗਿਆ ਉਹ ਜਲ ਕੇ ਸਵਾਹ ਹੋ ਗਿਆ, ਇਹ ਜੋ TV ਪਿਆ ਹੋਇਆ ਵੈ ਇਹ ਤੱਕ ਜਲ ਕੇ ਜਿਹੜਾ ਸਵਾਹ ਹੋ ਗਿਆ। ਅੱਗੇ ਆਉਂਗੇ, TV ਤੱਕ ਜਿਹੜਾ ਜਲ ਕੇ ਸਵਾਹ ਹੋ ਚੁੱਕਾ। ਮਕਾਨ ਮਾਲਕ ਸਾਡੇ ਨਾਲ ਮੌਜੂਦ ਹੈ, ਕੀ ਨਾਮ ਹੈ ਬਾਈ ਜੀ ਆਪਣਾ? ਰਾਜਕੁਮਾਰ ਸ਼ਰਮਾ ਨਾਮ ਸਰ। ਸ਼ਰਮਾ ਸਾਹਿਬ ਕਿੰਨੇ ਵਜੇ ਮਾਮਲਾ ਹੁੰਦਾ ਤੁਹਾਨੂੰ ਪਤਾ ਲੱਗਦਾ? ਤਕਰੀਬਨ 10 ਵਜੇ ਤੋਂ ਬਾਅਦ ਹੋਇਆ ਸਰ। ਮੈਂ 9:30 ਇੱਥੇ ਘਰੋਂ ਗਿਆ ਸੀ, ਉਸ ਟਾਈਮ ਠੀਕ ਠਾਕ ਸੀ, ਘਰ ਦੇ ਵਿੱਚ ਕੋਈ ਵੀ ਗੱਲ ਨਹੀਂ ਸੀਗੀ। ਅਤੇ ਮੈਂ ਤਕਰੀਬਨ ਕੰਮ 'ਤੇ ਮੈਨੂੰ 10:15 ਤਕਰੀਬਨ ਫੋਨ ਆ ਗਿਆ ਕਿ ਘਰ ਦੇ ਵਿੱਚ ਅੱਗ ਲੱਗ ਗਈ ਹੈ। ਹਾਂਜੀ ਅਬਾਊਟਲੀ ਕਿੰਨੇ ਦਾ ਸਮਾਨ ਜਿਹੜਾ ਜਲ ਕੇ ਸਵਾਹ ਹੋ ਗਿਆ? ਸਰ ਹੁਣ ਸਮਾਨ ਦੇਖ ਕੇ ਪਤਾ ਲੱਗਣਾ, TV, AC, ਇੰਜਨ, ਇਲੈਕਟ੍ਰਿਕ ਇੰਸਟਰੂਮੈਂਟ ਸਾਰੇ ਸੜ ਚੁੱਕੇ ਨੇ। ਹੋਰ ਘਰ ਦੇ ਕਈ ਕੁਛ ਸਮਾਨ ਸੜ ਗਿਆ, ਛੱਤੇ ਦਾ ਲੈਂਟਰ ਜਿਹੜਾ ਗਾ ਉਹ ਵੀ ਖਰਾਬ ਹੋ ਗਿਆ, ਅਤੇ ਹਲੇ ਸਮਾਨ ਨੂੰ ਪਤਾ ਕਰਕੇ ਦੇਖ ਲੱਗਣਾ। ਜਾਨੀ ਨੁਕਸਾਨ ਤਾਂ ਨਹੀਂ ਘਰ 'ਚ ਕੋਈ ਸੀਗਾ? ਨਹੀਂ, ਘਰ 'ਚ ਜੇ ਬੰਦਾ ਨਹੀਂ ਸੀਗਾ ਕੋਈ ਵੀ, ਅਤੇ ਉਹ ਠੀਕ ਠਾਕ ਹੈ। ਅਤੇ ਕਿੱਥੇ ਸੀਗੇ ਤੁਸੀਂ ਸਾਰੇ? ਅਸੀਂ ਬਾਹਰ ਸੀ ਸਰ। ਸੂਚਨਾ ਕਿੱਦਾਂ ਮਿਲੀ? ਗੁਆਂਢੀਆਂ ਵੱਲੋਂ ਪਤਾ ਲੱਗਿਆ ਸਰ ਘਰ ਦੇ ਵਿੱਚ ਅੱਗ ਲੱਗ ਗਈ। ਜੀ ਹਾਂ। ਜਦੋਂ ਪਤਾ ਲੱਗਿਆ ਫਾਇਰ ਬ੍ਰਿਗੇਡ ਨੂੰ ਫਿਰ ਕਿੰਨੀ ਦੇਰ ਬਾਅਦ ਲੱਗੀ ਇੱਥੇ ਆਉਣ ਨੂੰ? ਆਪਣੀ ਅਫਸੈਂਸੀ ਆਏ ਨੇ, ਪਰ ਉਹਨਾਂ ਨੇ ਕੰਟਰੋਲ ਕਰ ਲਿਆ ਇਹਦੇ ਉੱਤੇ, ਅਤੇ ਸਾਨੂੰ ਹੁਣ ਕਾਫੀ ਜਾਨੀ ਮੰਦ ਕਾਫੀ ਨੁਕਸਾਨ ਹੋਇਆ ਹੈਗਾ, ਇਹ ਬੰਦੇ ਵਸੀ ਗਏ। ਬਾਕੀ ਮੇਰੀ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਹੈ ਕਿ ਘਰ ਦੇਖਦੇ ਹੋਇਆ, ਮੇਰਾ ਪਹਿਲਾਂ ਹੀ ਇਹਦੇ ਉੱਤੇ 20 ਲੱਖ ਰੁਪਏ ਦਾ ਲੋਨ ਹੈ ਬੈਂਕ ਦਾ, ICICI ਬੈਂਕ ਕੋਲ ਲੋਨ ਚੱਲ ਰਿਹਾ। ਹਾਂ, ਅਤੇ ਮੇਰੀ ਉਹ ਮਦਦ ਕੀਤੀ ਜਾਵੇ ਤਾਂ ਕਿ ਆਪਾਂ ਆਪਣਾ ਸਮਾਨ ਹੈ ਕਿ ਕੁਛ ਪਰਿਵਾਰ ਦੀ ਮਦਦ ਹੋ ਜਾਵੇ। ਤੁਸੀਂ ਫਾਇਰ ਬ੍ਰਿਗੇਡ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਕਿ ਸ਼ਾਰਟ ਸਰਕਿਟ ਬਿਜਲੀ ਦੀ ਕਰਕੇ ਜਿਹੜਾ ਸ਼ਾਰਟ ਸਰਕਿਟ ਹੋਇਆ, ਜਿਸ ਕਰਕੇ ਅੱਗ ਲੱਗੀ ਹੈ, ਲੱਖਾਂ ਦਾ ਸਮਾਨ ਤੁਹਾਡਾ ਜਲ ਕੇ ਸਵਾਹ ਹੋ ਗਿਆ, ਤੁਸੀਂ ਕਹਿ ਰਹੇ ਹੋ ਲੈਂਟਰ ਤੱਕ ਖਰਾਬ ਹੋ ਚੁੱਕਾ ਹੋਇਆ ਵਾ, ਇਹਦੇ ਵਾਸਤੇ ਤੁਸੀਂ ਗੱਲ ਕੀਤੀ ਵਿਧਾਇਕ ਸਾਹਿਬ ਦੇ ਨਾਲ ਕਿ ਮੁਆਵਜ਼ਾ ਜਿਹੜਾ ਦਿਵਾਇਆ ਜਾਏਗਾ, ਕਿ ਇਲੈਕਸ਼ਨ ਦੌਰ ਹੈ, DC ਨੂੰ ਕਹਿ ਕੇ ਮੁਆਵਜ਼ਾ ਮਿਲ ਸਕਦਾ? ਸਰ ਹਾਲੇ ਬੇਨਤੀ ਕਰਨੀ ਹੈ, ਅਸੀਂ ਤਾਂ ਇੱਥੇ ਸੀ, ਕਿਸੇ ਤੋਂ ਨਿਕਲੇ ਹੈਗੇ ਹਾਲੇ ਇੱਥੇ ਖੜੇ ਨਾ, ਸਾਡੀ ਸਮਝ ਨਹੀਂ ਕੁਛ ਆ ਰਿਹਾ, ਆਪਣੇ ਨਾਲ ਤੇ ਬੜਾ ਹਾਸਾ ਹੋ ਗਿਆ। ਅਤੇ ਅੱਗੇ ਬਾਕੀ ਜੋ ਵੀ ਪ੍ਰਸ਼ਾਸਨ ਦੀ ਕਾਰਵਾਈ ਅਸੀਂ ਅੱਗੇ ਕਰ ਲੈਂਦੇ, ਬੇਨਤੀ ਕਰਦੇ ਹਾਂ। ਹੁਣ ਰਹਿਣਾ ਕਿੱਥੇ ਹੈ ਘਰ ਦਾ? ਹੁਣ ਚੱਲ ਕੇ ਸਵਾਹ ਹੋ ਚੁੱਕਾ, ਰਹੋਗੇ ਕਿੱਥੇ? ਹੁਣ ਨੀਚੇ ਜਾਂ ਹੋਰ ਜਗ੍ਹਾ ਆਪਣਾ ਪੜੋਸੀ ਕਿਤੇ ਰਵਾਂਗੇ ਸਰ? ਤੁਸੀਂ ਮੇਰੇ ਭਾਈ ਸਾਹਿਬ ਨੇ ਜੀ, ਅਤੇ ਮੇਰੀ ਦੁਕਾਨ ਹੈਗੀ ਹੈ ਨੀਚੇ ਮਾਰਕੀਟ ਦੇ ਵਿੱਚ, ਅਤੇ ਸਾਡੇ ਨਾ ਕਈ ਦਿਨ ਤੋਂ ਲਗਭਗ 4-5 ਦਿਨ ਤੋਂ ਨਾ ਲੋਡ ਕਾਫੀ ਜ਼ਿਆਦਾ ਘੱਟਦਾ ਵੱਧਦਾ ਪਿਆ ਹੈ, ਜਿਹਦੇ ਕਰਕੇ ਕਿ ਜਿਸ ਤਰ੍ਹਾਂ ਇਨਵਰਟਰ ਵੀ ਸੜ ਰਿਹਾ, ਅਤੇ ਮੈਂ ਵੀ ਨੁਕਸਾਨ ਹੋ ਚੁੱਕਿਆ। ਅਤੇ ਇਹਦੇ ਵਿੱਚ ਕੀ ਹੈ ਕਿ ਇਸ ਟਾਈਮ ਲੋਡ ਇੱਥੇ ਨਾ ਕਮਰਸ਼ੀਅਲ ਯੂਨਿਟ ਜ਼ਿਆਦਾ ਲੱਗੇ ਹੋਣ ਕਰਕੇ ਨਾ ਲੋਡ ਬਹੁਤ ਘੱਟਦਾ ਵੱਧਦਾ ਪਿਆ ਆ, ਜਿਹਦੇ ਨਾਲ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ। ਅਤੇ ਜਿਹੜਾ ਅੱਜ ਇਹ ਹੋਇਆ ਨੁਕਸਾਨ, ਉਹ ਸ਼ਾਰਟ ਸਰਕਟ ਜਿਹੜਾ ਹੈਗਾ ਉਹਦੇ ਨਾਲ ਹੀ ਇਹ ਨੁਕਸਾਨ ਹੋਇਆ। ਮੁਹੱਲੇ ਵਾਲੇ ਨੇ ਕਿੰਨਾ ਕੋਆਪਰੇਟ ਕੀਤਾ ਅੱਗ ਬੁਝਾਉਣ ਦੇ ਵਿੱਚ? ਮੁਹੱਲੇ ਵਾਲੇ ਨੇ ਬਹੁਤ ਕੋਆਪਰੇਟ ਕੀਤਾ ਜੀ, ਸਾਡੇ ਕਮਲਜੀਤ ਨਿੱਕੋ ਗਰੇਵਾਲ ਜੀ ਨੇ, ਉਹਨਾਂ ਨੇ ਆਪਣੇ ਨਾਲ ਮੁੰਡੇ ਲਗਾ ਕੇ ਇੱਥੋਂ ਪਾਣੀ ਦੀ ਸਾਹਮਣੇ ਟੈਂਕੀ ਹੈਗੀ ਹੈ, ਤੁਸੀਂ ਦੇਖ ਸਕਦੇ ਹੋ, ਉਸ ਟੈਂਕੀ ਤੋਂ ਖਿੜਕੀ ਦੇ ਸ਼ੀਸ਼ੇ ਤੋੜ ਕੇ ਪਾਣੀ ਅੰਦਰ ਗਿਰਾਇਆ ਗਿਆ, ਜਿਹਦੇ ਨਾਲ ਸੋਫਾ ਸੀਗਾ ਉਹਦੇ 'ਤੇ ਅੱਗ ਜਿਹੜੀ ਜ਼ਿਆਦਾ ਫੈਲ ਗਈ ਸੀ, ਉੱਤੋਂ
ਕਿਤੇ ਨਾ ਕਿਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨੀ ਦੇਰ ਤੱਕ ਫਾਇਰ ਬ੍ਰਿਗੇਡ ਵੀ ਜਿਹੜੀ ਹੈਗੀ ਆ ਉਹ 20 ਮਿੰਟ ਦੇ ਵਿੱਚ ਪਹੁੰਚ ਗਈ ਸੀ। ਬਿਲਕੁਲ, ਮੰਗ ਕੀ ਕਰਦੇ ਹੋ? ਮੰਗ ਅਸੀਂ ਇਹ ਕਰਦੇ ਹਾਂ ਕਿ ਦੇਖੋ ਨੁਕਸਾਨ ਫਰਨੀਚਰ ਦਾ ਹੋਇਆ, ਚੁਗਾਠਾਂ ਦਾ ਸ਼ੀਸ਼ੇ ਤੱਕ ਟੁੱਟ ਗਏ ਨੇ ਸਾਰੇ ਘਰ ਦੇ, ਤੁਸੀਂ ਦੇਖ ਸਕਦੇ ਹੋ ਟੈਲੀਵਿਜ਼ਨ, ਫਰਿੱਜ, ਹਰ ਚੀਜ਼ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਅੱਗ ਦੀ ਚਪੇਟ 'ਚ ਆ ਚੁੱਕੀ ਹੈ। ਦੀਵਾਰਾਂ ਨੂੰ ਨੁਕਸਾਨ ਹੋਇਆ, ਲੈਂਟਰ 'ਤੇ ਤਰੇੜਾਂ ਆ ਗਈਆਂ ਅਤੇ ਨੁਕਸਾਨ ਬਹੁਤ ਵੱਡੇ ਲੈਵਲ ਦੇ ਉੱਤੇ ਹੋਇਆ, ਅਤੇ ਮੁਆਵਜ਼ੇ ਦੀ ਮੰਗ ਅਸੀਂ ਪ੍ਰਸ਼ਾਸਨ ਤੋਂ ਕਰਦੇ ਹਾਂ ਅਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਸ ਗੱਲ ਦੇ ਲਈ। ਲੋਨ ਹਜੇ ਕਿੰਨਾ ਪਿਆ ਸੀਗਾ? ਸਰ ਕੋਈ 20 ਲੱਖ ਰੁਪਇਆ ਤਕਰੀਬਨ ਲੋਨ ਹੈਗਾ। ਲੋਨ ਪਿਆ ਸੀ, ਇਹ ਉਹ ਸ਼ਖਸ ਨੇ ਗੁੱਡੀ ਦਾ ਵਿਆਹ ਕੀਤਾ ਸੀ, ਮੇਰੇ ਖਿਆਲ ਕਰਨਾ ਸੀ ਗੁੱਡੀ ਦਾ ਵਿਆਹ। ਅੱਛਾ, ਗੁੱਡੀ ਦਾ ਵਿਆਹ ਕੀਤਾ ਸੀ, ਉਹ ਵੀ ਲੋਨ ਲੈ ਕੇ ਆਪਾਂ ਕੀਤਾ ਸੀਗਾ, ਕਰਜ਼ਾ ਚੱਕ ਕੇ ਨਿਭਾ, ਮਤਲਬ ਰਿਸ਼ਤੇਦਾਰਾਂ ਦੇ ਪੈਸਾ ਬਹੁਤ ਦੇਣ ਦੇਣਾ ਹਾਲੇ। ਬਿਲਕੁਲ, ਇਹ 20 ਲੱਖ ਦੇ ਕਰਜ਼ਦਾਰ ਨੇ, ਉੱਤੋਂ ਦੀ ਕੁਦਰਤ ਦਾ ਕਹਿਰ ਦੇ ਸਕਦੇ ਹੋ, ਬਿਜਲੀ ਦੀ ਲਾਪਰਵਾਹੀ ਦੇ ਸਕਦੇ ਹੋ ਜਿਹਦੇ ਕਰਕੇ ਸ਼ਾਰਟ ਸਰਕਿਟ ਹੋ ਗਿਆ, ਸ਼ਾਰਟ ਸਰਕਿਟ ਦੇ ਨਾਲ ਪੂਰਾ ਘਰ ਜਲ ਕੇ ਸਵਾਹ ਹੋ ਗਿਆ। ਜੋ ਘਰ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਸੀਗਾ, ਸੋਫਾ ਸੀਗਾ, ਏਸੀ ਸੀਗਾ, ਫਰਿੱਜ ਸੀਗਾ, ਟੀਵੀ ਸੀਗਾ, ਐਲਈਡੀ ਸੀਗੀ, ਸਾਰੀ ਦੀ ਸਾਰੀ ਜਲ ਕੇ ਸਵਾਹ ਹੋ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਜਾਣੂ ਕਰਾਵਾਂਗੇ, ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਪਰਿਵਾਰ ਸਿਰਫ ਮੰਗ ਕਰ ਰਿਹਾ, ਮੰਗ ਦੇਖਦੇ ਹੁਣ ਇਸ ਪਰਿਵਾਰ ਦੀ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ 20 ਲੱਖ ਦੇ ਕਰਜ਼ੇ ਥੱਲੇ ਪਹਿਲੇ ਡੱਬਿਆ ਹੋਇਆ ਵਾ। ਵਿਸ਼ਾਲ ਕਪੂਰ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ, ਪੱਤਰਕਾਰ, ਠੀਕ ਹੋ? ਹਾਂਜੀ ਹਾਂਜੀ ਸਰ। ਪਵਨ ਜੀ, ਕਿੰਨੇ ਵਜੇ ਸੂਚਨਾ ਮਿਲਦੀ ਅੱਗ ਲੱਗਣ ਦੀ ਗੋਪਾਲ ਨਗਰ ਚੌਂਕ ਘਰ ਦੇ ਵਿੱਚ? ਕੈਬ ਸਰ, ਜਿਵੇਂ ਤੁਹਾਨੂੰ ਇਤਲਾਹ ਆਈ, ਅਸੀਂ ਉਹ ਕੈਬ ਵੀ ਨਹੀਂ ਦੇਖਿਆ, ਤੁਰੰਤ ਹੀ ਅਸੀਂ ਭੱਜ ਗਏ। ਬਿਲਕੁਲ, ਕੈਬ ਹੁਣੀ ਕਨਫਰਮ ਕਰਾ ਦਿੰਦੇ। ਨਹੀਂ ਕੋਈ ਨਾ, ਤੁਸੀਂ ਚਲੋ ਮੌਕੇ ਤੇ ਵਧੀਆ ਕੰਮ ਕੀਤਾ, ਲੇਕਿਨ ਇਹ ਪਤਾ ਲੱਗ ਪਾਇਆ ਕਿ ਪਰਿਵਾਰ ਦਾ ਕੀ ਕਹਿਣਾ ਕਿ ਸ਼ੋਰਟ ਸਰਕਿਟ ਨਾਲ ਅੱਗ ਲੱਗੀ ਹੈ? ਹਾਂਜੀ ਹਾਂਜੀ ਸਰ, ਸ਼ੋਰਟ ਸਰਕਿਟ ਨਾਲ ਅੱਗ ਲੱਗੀ। ਤੇ ਕਿੰਨੀਆਂ ਗੱਡੀਆਂ ਇੱਥੇ ਇਸਤੇਮਾਲ ਹੋਈਆਂ ਫਾਇਰ ਬ੍ਰਿਗੇਡ ਦੀਆਂ? 2 ਗੱਡੀਆਂ ਮੂਵ ਕਰਾਈਆਂ ਸੀਗੀਆਂ ਤੇ ਇੱਕ ਨਾਲ ਹੀ ਕੰਟਰੋਲ ਹੋ ਗਿਆ ਸੀਗਾ। ਬਹੁਤ ਬਹੁਤ ਸ਼ੁਕਰੀਆ ਪਵਨ ਜੀ, ਆਸ਼ੀਸ਼ ਦਾ ਬਹੁਤ ਬਹੁਤ ਸ਼ੁਕਰੀਆ। ਲੇਕਿਨ ਉਸ ਤੋਂ ਬਾਅਦ ਹੁਣ ਦੇਖਦੇ ਆ ਪ੍ਰਸ਼ਾਸਨ ਕੀ ਕਾਰਵਾਈ ਕਰਦਾ। ਲੁਧਿਆਣਾ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਈ।